ਨੰਬਰ 4 ਨਿੱਕੀਆਂ ਬੈਠਕਾਂ ਕੱਢਣਾ ਦੋਨੋਂ ਹੱਥਾਂ ਨਾਲ ਸਿੰਕ ਜਾਂ ਕਾਊਂਟਰ ਨੂੰ ਘੁੱਟ ਕੇ ਫੜੋ ਗੋਡਿਆਂ ਨੂੰ ਥੋੜ੍ਹਾ ਜਿਹਾ ਮੋੜੋ ਜਿਵੇਂ ਬੈਠਣ ਲੱਗੇ ਹੋਵੋ ਯਾਦ ਰੱਖੋ ਬਹੁਤ ਜ਼ਿਆਦਾ ਨਾ ਚੁੱਕੋ ਗੋਡੇ ਇੰਨੇ ਜ਼ਿਆਦਾ ਨਾ ਮੋੜੋ ਕਿ ਗੋਡੇ ਪੰਜਿਆਂ ਤੋਂ ਅਗਾਂਹ ਨੂੰ ਜਾਣ ਇੱਥੇ ਰੋਕੋ ਅਤੇ ਵਾਪਸ ਸਿੱਧੇ ਹੋਵੋ ਦੋ ਤਿੰਨ ਵਾਰੀ ਦੁਹਰਾਓ ਜੇ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਵਾਰੀ ਕਰੋ 15 ਵਾਰੀ ਤੱਕ ਬਹੁਤ ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਘੱਟ ਫੜੋ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜੇ ਹੋਰ ਕਰਨਾ ਚਾਹੋ ਤਾਂ ਅਗਲੀ ਵਰਜਿਸ਼ ਵੱਲ ਚਲੋ